ਸਲਾਮ ਅਲੈਕਮ ਜੀ। ਵਾਹ ਛੋਟਾ ਚੰਨ ਭਾਅ ਜੀ ਤੁਹਾਡੇ ਸਾਹਮਣੇ ਹਾਜ਼ਰ ਹੈ। ਇਹ ਆਪਣਾ ਰਾਣਾ ਭਾਈ ਨੇ, ਕੈਸਰ ਸਾਹਿਬ ਨੇ, ਅਤੇ ਸਰਕਾਰ ਦੁਨੀਆ ਦੇ ਪਤਾ ਹੀ ਆ ਤੁਹਾਡੇ ਲੋਕਾਂ ਨੂੰ ਕੀ ਮੁਆਜ਼ਰੇ ਚੱਲ ਰਹੇ ਨੇ ਅਤੇ ਕੀ ਹਾਲਾਤ ਚੱਲ ਰਹੇ ਨੇ ਨੁਕਸਾਨ ਦੇ। ਤੁਹਾਡੇ ਹਾਲਾਤ ਕੀ ਚੱਲ ਰਹੇ? ਸਾਡੇ ਹਾਲਾਤ ਸਰਕਾਰ ਇੰਜ ਨੇ ਕਿ ਹਾਲਾਤ ਬਸ ਦੁਨੀਆਦਾਰੀ ਆ, ਇਹ ਚੱਲਦੀ ਆਉਣੀ ਹੈ, ਰੋਣੇ ਧੋਣੇ ਮੁੱਕਣੇ ਨਹੀਂ। ਤੇ ਮੈਂ ਕਹਿੰਦਾ ਕਿ ਯਾਰ ਖੁਸ਼ਬਾਸ਼ ਰਹੀਏ, ਹੱਸ ਕੇ ਨੰਘੀਏ, ਬੜੀ ਬਿਹਤਰੀ ਹੈ। ਅੱਲਾ ਪਾਕ ਸਭ ਤੇ ਨੰਘਾਏ ਟਾਈਮ ਅੱਛਾ ਔਰ ਚੰਗਾ। ਦੋ ਘੰਟੇ ਹੋਏ ਤੈਨੂੰ ਠੀਕ ਹੈ? ਉਹ ਭਾਅ ਜੀ ਪਤਾ ਗੱਲ ਕੀ ਹੈ, ਫਿਰ ਕੰਮ ਮਜ਼ਦੂਰ ਬੰਦੇ ਆ, ਫਿਰ ਕੰਮ ਤੇ ਫਿਰ ਕਰਨੇ ਹੀ ਪੈਂਦੇ ਨੇ, ਬੱਚੇ ਤੇ ਪੰਜ ਸੱਤ ਹੋਏ। ਮਾਸ਼ਾਅੱਲਾ ਛੇ ਬੱਚੇ ਆ ਤੇ ਅੱਲਾ ਦੀ ਬੜੀ ਰਹਿਮਤ ਹੈ। ਕੱਲ ਸਾਨੂੰ ਕਿੱਸਾ ਇੱਕ ਸੁਣਾਇਆ, ਹਾਂਜੀ, ਤੇ ਫਰਮਾਇਸ਼ ਆ ਰਹੀ ਹੈ ਕਿ ਬੰਦੇ ਕੋਈ ਗੱਲਬਾਤ ਸੁਣੋ ਕੋਈ ਹੋਰ ਜਿਹਾ, ਤੇ ਗੱਲ ਜਿਹੜੀ ਮਰਜ਼ੀ ਸੁਣ ਲਓ ਯਾਰ, ਦੁਨੀਆਂ ਦੀਆਂ ਗੱਲਾਂ ਬੇਬਾਹ ਨੇ। ਮੈਂ ਸੁਣਿਆ ਤੁਸੀਂ ਕੋਈ ਸ਼ਿਕਾਰ ਸ਼ਿਕੂਰ ਦਾ ਬੜਾ ਸ਼ੌਕ ਹੁੰਦਾ? ਹਾਂਜੀ, ਸ਼ਿਕਾਰ ਬੜਾ ਕੀਤਾ, ਬੜਾ ਸ਼ਿਕਾਰ ਕੀਤਾ ਭਾਈ ਜੀ। ਕਿਹਦਾ? ਬਾਹਰਲਿਆਂ ਦਾ ਵੀ ਸ਼ਿਕਾਰ ਕੀਤਾ, ਮਕਈ ਬੀਜੀ ਦੀ ਹੁੰਦੀ ਰਹੀ ਹਾਂ ਤੇ ਮਕਈ 'ਚ ਬੜੇ ਬਾਹਰਲੇ ਹਾਂ। ਪਤਾ ਲੱਗਾ ਜੀ ਮਕਈ ਸਾਡੀ ਤੇ ਬਾਹਰਲੇ ਪੈਂਦੇ ਨੇ, ਕੱਢੀ ਫਿਰ ਕੁਹਾੜੀ। ਮੈਂ ਆਖਿਆ ਵੀ ਦਿਲਾ ਕੁਹਾੜੀ ਜਿਹੜੀਆਂ ਨੇ ਕੱਢੀ ਫਿਰ ਮੈਂ ਪੇਟੀ 'ਚੋਂ। ਮੈਂ ਅੱਛਾ ਬਈ ਬਾਲ ਲਿਓ ਕੁਹਾੜੀ ਪੇਟੀ 'ਚ ਰੱਖੀ? ਹਾਂਜੀ, ਮੈਂ ਰੱਖੀ ਦੀ ਸਪੈਸ਼ਲ। ਮੈਂ ਕਿਤੇ ਸ਼ਿਕਾਰ ਸ਼ਕੂਰ ਖੇਡਣੇ ਪੈ ਜਾਂਦਾ, ਸ਼ੌਕ ਤੇ ਹੋਇਆ, ਸ਼ੌਕ ਤਾਂ ਫਿਰ ਬੱਲੇ ਬੱਲੇ ਯਾਰ। ਮੈਂ ਫਿਰ ਰਾਤੀ ਨਾਲ ਰਗੜੀ ਆ, ਮੈਂ ਹਾਂ ਚੱਲ ਬਈ ਅੱਜ ਤੇਰਾ ਕੰਮ ਹੀ ਰਗੜੀ ਆ ਬਾਬਾ ਜੀ। ਮੈਂ ਹਾਂਜੀ ਦਸਤਾ ਲੋਹੇ ਦਾ ਚਮਕਾ ਮਾਰਦੀ ਮੇਰੇ ਯਾਰ, ਬੜੀ ਸਪੈਸ਼ਲ ਸੀ ਭਾਅ ਜੀ ਕੀਤੀ। ਫਿਰ ਭਰਾ ਨੇ ਤੇ ਥੋੜੇ ਘਰ ਦਾ ਮਾਰ ਕੇ ਕੀਤੀ ਹੈ ਤੇ ਮੈਂ ਲੈ ਬਈ ਸ਼ਿਕਾਰ ਅੱਜ ਖੇਡਣੇ ਦਿਲਾ। ਮਕਈ 'ਚ ਪੈਂਦਾ ਸੀ ਬਾਲਲਾ ਬੜੀ ਦੇਰ ਦਾ, ਅੱਖ ਬੜੇ ਦਿਨਾਂ ਦੀ ਹੀ ਪੈਂਦੀ ਸੀ ਕਿ ਮੈਂ ਕਹਿੰਦਾ ਹਾਂ ਕੁਹਾੜੀ ਨਾ ਹੀ ਕੱਢਾਂ। ਕੁਹਾੜੀ ਗਾਂਧੀ ਦੇ ਟਾਈਮ ਦੀ ਹੈ ਨਾ, ਤੇ ਕੁਹਾੜੀ ਨੂੰ ਭਾਈ ਬੜੇ ਚਿਰ ਹੋ ਗਿਆ ਸੀ ਕੱਢੇ ਦਿਆਂ ਤੇ ਮੈਂ ਕੱਢ ਹਾਂ ਕੁਹਾੜੀ ਦਿਲਾਂ। ਫਿਰ ਸ਼ਿਕਾਰ ਖੇਡਣਾ ਹੀ ਪੈ ਗਿਆ, ਖੇਡਿਆ ਫਿਰ ਸ਼ਿਕਾਰ ਭਾਵਾ ਜੀ। ਫਿਰ ਨਿਕਲੀ ਫਿਰ ਕੁਹਾੜੀ ਕੀਤੀ ਅੱਖ ਬਦੀਦ, ਅੱਖ ਕਾਲੀ ਬਦੀਦ ਹੋਈ। ਬਾਲੇ ਨੂੰ ਵੀ ਪਤਾ ਲੱਗ ਗਿਆ ਸੀ ਕਿ ਅੱਜ ਸ਼ਿਕਾਰ ਮੇਰਾ ਹੋਣਾ। ਚੰਨ ਨੇ ਆਖਿਆ ਵੀ ਨਹੀਂ, ਉੱਤਰੇ ਵੀ ਚੰਨ ਸੀ ਤੇ ਥੱਲੇ ਵੀ ਚੰਨ ਸੀ, ਕੀਤੀ ਫਿਰ ਥੱਲੇ ਰੋਸ਼ਨੀ ਫਿਰ ਚੰਨ ਨੇ ਲੋ ਜੀ ਫਿਰ ਕੁਹਾੜੀ ਕੱਢੀ। ਫਿਰ ਮੈਂ ਬਾਹਰ ਬੰਦੇ ਕੋਲ ਪੰਜ ਸੱਤ ਰੋਜ਼ ਕਹਿੰਦੇ ਹਾਂ ਵੀ ਇੱਥੇ ਬਾਹਰਲਾ ਮਕਈ 'ਚ ਤੇ ਜਿਹੜੇ ਚੰਨ ਛੋਟੇ ਚੰਨ ਦੇ ਮਕਈ 'ਚ ਬਾਹਰਲਾ ਰਹਿੰਦਾ, ਕੋਈ ਪੁੱਛੋ ਕਿ ਛਣ ਵਾਲਾ ਹੀ ਨਹੀਂ। ਤਾਂ ਮੈਂ ਆਖਿਆ ਚੱਲ ਦਿਲਾ ਫਿਰ ਅੱਜ ਕੱਢ ਹੀ ਛੱਡਣੇ ਆ ਬਾਹਰਲੇ ਨੂੰ। ਲੋ ਜੀ ਬਾਲੇ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਮੇਰੀ ਪੇਜ ਨਹੀਂ ਜਾਣੀ ਤੇ ਮਕਈ ਭੈੜੇ ਬੰਦੇ ਦੇ ਵਿੱਚ ਜਣੀਆਂ ਨੇ। ਮਕਈ ਦੇ ਵਿੱਚ ਬਾਲਾ ਪੈ ਤੇ ਗਿਆ ਦਾ ਸੀ, ਉਹਦੇ ਦਿਨ ਮਾਰੇ ਉਹਨੂੰ ਪਤਾ ਨਹੀਂ ਹੋਣਾ। ਪਹਿਲੇ ਲੋਕੀ ਕਹਿੰਦੇ ਨੇ ਭਾਅ ਜੀ ਕੁੱਤੇ ਲਿਆ ਕੇ ਸ਼ਿਕਾਰ ਹੋਏਗਾ, ਇਹ ਬਾਲ ਲੈ ਅੰਜ ਮਰਨਾ। ਮੈਂ ਨਹੀਂ ਕੁਹਾੜੀ ਕੱਢੀ ਦੀ ਆ, ਬਾਲ ਕੁੱਤਿਆਂ ਛੁੱਟੀਆਂ ਦੀ ਲੋੜ ਨਹੀਂ। ਲੋ ਜੀ ਛੋਟਾ ਚੰਨ ਗਿਆ ਇੰਜ ਇੰਜ ਕਰਕੇ ਗਿਆ, ਵੇਖਿਆ ਤੇ ਮਕਈ ਦੇ ਦਾਣਿਆਂ ਨੂੰ ਅੱਗੇ ਪਿੱਛੇ ਵੇਖਿਆ, ਸਾਹਮਣੇ ਬਾਲ ਲੈ। ਹੁਣ ਮੈਂ ਵੇਖਣਾ ਕੀ ਪਿਆ ਕਿ ਬਾਲਾ ਸੁੱਤਾ ਦਾ ਤੇ ਕਿਵੇਂ ਇਹਨੂੰ ਸ਼ਿਕਾਰ ਖੇਡਿਆ ਜਾਏਗਾ। ਮੈਂ ਇੰਜ ਕਰਕੇ ਵੇਖਿਆ ਅੱਗੇ ਬਾਲਾ ਸੁੱਤਾ ਦਾ ਸੀ। ਓਹੋ ਛੋਟੇ ਚੰਨ ਨੂੰ ਕੋਈ ਮਜ਼ਾ ਨਹੀਂ ਆਉਣਾ ਸ਼ਿਕਾਰ ਦਾ। ਓਹੋ ਨਿਹੱਤੇ ਬੰਦੇ ਤੇ ਨਹੀਂ ਵਾਰ ਹੈ ਹਾੜੀ। ਮੈਂ ਕੁਹਾੜੀ ਜਦੋਂ ਵੇਖੀ ਨਾ ਮੈਂ ਦਿਲਾ ਸ਼ਿਕਾਰ ਜਿਹਨਾਂ ਨੇ ਖੇਡੀ ਛੱਡ ਸੁੱਤਾ ਦਾ ਸੀ ਬਾਲਾ। ਬਾਬਾ ਜੀ ਮਾੜਿਆ ਇੱਕੋ ਹੀ ਰੱਖ ਕੇ ਸੱਟ ਮਾਰੀ ਆ, ਲੱਤ ਵੱਢ ਕੇ ਪਰਾਂ ਮਾਰੀ ਆ। ਮੈਂ ਜਾਨੂੰ ਤੈਨੂੰ ਐਡੀ ਛੇਤੀ ਨਹੀਂ ਮਾਰਨਾ, ਛੋਟੇ ਚੰਨ ਦੀ ਤੂੰ ਛੱਲੀਆਂ ਖਰਾਬ ਕੀਤੀ ਦੀਆਂ ਨੇ, ਐਡੀ ਛੇਤੀ ਤੇਰੀ ਮੌਤ ਐਡੀ ਸੌਖੀ ਮੌਤ ਤੇ ਨੇ ਭਾਅ ਜੀ। ਫਿਰ ਮੈਂ ਕੱਟੀ ਫਿਰ ਸੱਜੀ ਲੱਤ, ਅਗਲੀ ਨਹੀਂ ਪਿਛਲੀ, ਪਿੱਛੂ ਹੀ ਮਾਰਿਆ ਵਾਲ ਕੱਟੀ ਫਿਰ ਲੱਤ। ਬਾਲੇ ਨੇ ਆਖਿਆ ਲੈ ਬਈ ਹੁਣ ਉੱਠਿਆ। ਮੈਂ ਕਿਹਾ ਨਹੀਂ ਖੇਡ ਲਈਆਂ ਤਾਂ ਛੱਲੀਆਂ ਜਿਹੜੀਆਂ ਖਾਣੀਆਂ ਖਾ ਲਈ ਦੀਆਂ ਨੇ ਹੁਣ ਨਹੀਂ। ਲੋ ਜੀ ਦੂਸਰੀ ਲੱਤ ਮੈਂ ਵੱਢੀ ਆ ਤੇ ਬਾਲਾ ਬਾਬਾ ਜੀ ਉਹਨੇ ਆਖਿਆ ਲੈ ਬਈ ਅੱਜ ਮੌਤ ਉੱਥੇ ਬਾਹਰਾਂ ਪੈ ਗਈਆਂ। ਲੋਕਾਂ ਨੇ ਆਖਿਆ ਲੈ ਬਈ ਛੋਟੇ ਚੰਨ ਨੇ ਕੰਮ ਪਾ ਰਹੇ ਬਾਲਾ ਵੀ ਮਾਰ ਸੁੱਟਿਆ ਜੇ।
ਆਲੇ ਦੁਆਲੇ ਵਾਂ ਮਾਈਆ ਚੁੱਕ ਲੋ ਛੋਟੇ ਚੰਨ ਨੂੰ, ਕੋਈ ਇਧਰੋਂ ਚੁੰਮਦਾ ਵਾ, ਕੋਈ ਇਧਰੋਂ ਚੁੰਮਦਾ ਵਾ, ਕੋਈ ਇਧਰੋਂ ਚੁੰਮਦਾ ਪਿਆ, ਬਾਬਾ ਜੀ ਰੱਸਾ ਨਾ ਪਾ ਲਿਆ ਫਿਰ ਅਗਲੀ ਲੱਤ ਨੂੰ ਹੈ ਤੋੜੀਆਂ ਹਨ, ਜਾਨੂੰ ਨਹੀਂ ਮਾਰਿਆ ਬਾਹਰ ਲਾ ਮੈਂ ਅਗਲੀਆਂ ਤੋੜੀਆਂ ਹਨ ਲੱਤਾਂ ਅਗਲੀਆਂ, ਫਿਰ ਮੈਂ ਬਾਬਾ ਜੀ ਕਿਉਂ ਨੀ ਹਾਂ ਤੋੜਨੀ, ਇੱਕ ਹੀ ਤੋੜ ਚੜੀ ਦੀ ਉਹੀ ਬੜੀ ਕਮਾਲ ਦੀ ਤੋੜ ਚੜੀ ਜਿਹਨਾਂ ਨੇ ਜੋੜ ਲਾਂਦਾ ਸੀ ਨਾ, ਉਹ ਫਿਰ ਲੱਤ ਮੈਂ ਲਾਇਆ ਫਿਰ ਗਾਡਾ ਮੈਂ ਤੇਰੀ ਭੈਣ ਯਾਰ ਕਿੱਡਾ ਗਈ ਬਾਹਰ ਲਾ ਕੰਮ ਸੋ ਕੰਮ ਐਡਾ ਗਿਆ ਸੀ ਖੋਤੀ ਜਿੱਡਾ ਸੀ ਖੋਤੇ ਤੋਂ ਛੋਟਾ ਸੀ ਖੋਤੇ ਤੋਂ ਛੋਟਾ ਸੀ ਕਾਬੂ ਤਾਂ ਆਹੀ ਕੀਤਾ ਤਿੰਨ ਕੁ ਫੁੱਟ ਦਾ ਰਾਣਾ ਸਾਹਿਬ ਨੇ ਗੱਲ ਤੁਸਾਂ ਤਾਂ ਵੇਖਿਆ ਹੀ ਹੋਣਾ ਜਿਹੜਾ ਮੈਂ ਸ਼ਿਕਾਰ ਕੀਤਾ ਸਾਰਿਆਂ ਬੰਦਿਆਂ ਵੇਖਿਆ ਤੇ ਬਾਬਾ ਜੀ ਫਿਰ ਲਾਇਆ ਫਿਰ ਗਾਟਾ ਬੜਾ ਤੰਗ ਕੀਤਾ ਸੀ ਲੋਕਾਂ ਦੀਆਂ ਮਕਈਆਂ ਨੂੰ ਤੇ ਮੁਗਲ ਕੱਢੀ ਫਿਰ ਕੁਹਾੜੀ ਲੋਕਾਂ ਫਿਰ ਕੁਹਾੜੀ ਵੇਖੀ ਹੈ ਉਹਨਾਂ ਆਖਿਆ ਕੁਹਾੜੀ ਆਈ ਕਿੱਥੋਂ ਹੈ ਬਈ ਆ ਬੰਦਿਆਂ ਉਹ ਸਵਾਲ ਨੀ ਕਿਸੇ ਨੇ ਕੀਤਾ ਕਿ ਬਾਲ ਲਾ ਤੂੰ ਮਾਰ ਛੜਿਆ ਤੇ ਤੈਨੂੰ ਯਾਰ ਬੜੀ ਗੱਲ ਤੇ ਪੁੱਛਣਾ ਸ਼ੁਰੂ ਹੋ ਗਏ ਨੇ ਕੁਹਾੜੀ ਆਈ ਕੀ ਹੈ ਕਿਹਦੀ ਵਜ੍ਹਾ ਨਾਲ ਬਣੀ ਹੈ ਕਿੱਥੋਂ ਆਈ ਹੈ ਪਾਨਾ ਕਾਹਦੀਆਂ ਲੱਗੀਆਂ ਨੇ ਲਓ ਜੀ ਸ਼ਿਕਾਰ ਤੇ ਗਿਆ ਇੱਥੇ ਮੁੱਕ ਅੱਗੋਂ ਬਾਬਾ ਜੀ ਮੱਗ ਨੀ ਹੁੰਦੇ ਮੱਗ ਉੱਡਣ ਵਾਲੇ ਹਾਂ ਉੱਡਣ ਵਾਲੇ ਦੋ ਤਰੇ ਵਾਰੀ ਜਾਂਦਿਆਂ ਵੇਖੋ ਸਾਹਮਣੇ ਜਾ ਰਹੇ ਨੇ ਉਹ ਵੇਖੋ ਦੋ ਜਾ ਰਹੇ ਨੇ ਐਂਜੀ ਉੱਡ ਕੇ ਜਾਂਦੇ ਪਏ ਸਾਂ ਮੈਂ ਕੱਢੀ ਫਿਰ ਗਨ ਗਨ ਵੀ ਹੈ ਉਹ ਮੈਂ ਸ਼ਿਕਾਰ ਕੱਢਣ ਵਾਲਾ ਬੰਦਾ ਹਾਂ